ਘਨਸ਼ਿਆਮ ਥੋਰੀ ਆਈਐਸ ਨੇ ਸੰਭਾਲਿਆ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਵਜੋਂ ਅਹੁਦਾ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਿਕਰਮਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੱਦਾ ਟੀਵੀ ਐਨਆਰਆਈ। 2010 ਬੈਚ ਦੇ ਆਈਐਸ ਅਧਿਕਾਰੀ ਘਨਸ਼ਿਆਮ ਥੋਰੀ ਨੇ ਅੱਜ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ 177ਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਉਹ ਡਾਇਰੈਕਟਰ ਫੂਡ ਸਪਲਾਈ ਤੋਂ ਬਦਲ ਕੇ ਅੰਮ੍ਰਿਤਸਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਨਿਯੁਕਤ ਹੋਏ ਹਨ। ਅਹੁਦਾ ਸੰਭਾਲਣ ਤੋਂ ਪਹਿਲਾਂ ਉਹਨਾਂ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਗੱਲਬਾਤ ਦੌਰਾਨ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਮੈਂ ਬੜਾ ਖੁਸ਼ਨਸੀਬ ਹਾਂ, ਮੈਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦੇ ਅਹੁਦੇਦਾਰ ਚਾਰਜ ਸੰਭਾਲਿਆ ਸੀ। ਘਨਸ਼ਿਆਮ ਥੋਰੀ ਨੇ ਕਿਹਾ, ਮੈਂ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਹਾਂ, ਮੇਰੀ ਪਤਨੀ ਇਨਕਮ ਟੈਕਸ ਆਫਿਸਰ ਅਸਿਸਟੈਂਟ ਕਮਿਸ਼ਨਰ ਹੈ। ਉਹਨਾਂ ਕਿਹਾ ਕਿ ਮੇਰੀ ਸ਼ਾਦੀ ਪੰਜਾਬ ਵਿੱਚ ਹੋਈ ਹਾਹਾ ਤੇ ਮੇਰੀ ਪਤਨੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ। ਉਹਨਾਂ ਕਿਹਾ, ਪੜ੍ਹਾਈ ਮੇਰੀ ਸਾਰੀ ਗੰਗਾ ਨਗਰ ਤੋਂ ਹੋਈ ਹਾਹਾ ਤੇ ਮੈਂ ਗ੍ਰੈਜੂਏਸ਼ਨ ਕਰੋੜੀ ਮੱਲ ਕਾਲਜ ਦਿੱਲੀ ਤੋਂ ਕੀਤੀ ਹੈ। ਉਹਨਾਂ ਕਿਹਾ ਕਿ 3 ਸਾਲ ਮੈਂ ਕੋਟਕ ਮਹਿੰਦਰਾ ਗਰੁੱਪ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਮੇਰਾ ਸਿਲੈਕਸ਼ਨ ਆਈਐਸ ਅਫਸਰ ਦੇ ਵਿੱਚ ਹੋਇਆ। ਉਹਨਾਂ ਕਿਹਾ ਕਿ ਸ਼ੁਰੂਆਤੀ 2 ਚ ਮੈਂ ਐਸਡੀਐਮ ਤੇ ਨਗਰ ਨਿਗਮ ਕਾਰਪੋਰੇਸ਼ਨ ਦੇ ਅਹੁਦੇ ਸੰਭਾਲੇ ਸਨ। ਲੁਧਿਆਣਾ ਵਿੱਚ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ਤੇ ਕਾਫੀ ਸਮੇਂ ਤੈਨਾਤ ਰਿਹਾ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਕਾਫੀ ਮੈਨੂੰ ਤਜੁਰਬਾ ਮਿਲਿਆ ਹੈ। ਉਹਨਾਂ ਕਿਹਾ ਕਿ ਗੁਰੂ ਨਗਰੀ ਦੀ ਸੇਵਾ ਕਰਨ ਦੇ ਲਈ ਮੀਡੀਆ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮਹੱਲਾ ਕਲੀਨਿਕ ਲੈ ਕੇ ਜਾਂ ਆਟਾ ਦਾਲ ਸਕੀਮ ਨੂੰ ਲੈ ਕੇ, ਝੋਨੇ ਦੀ ਲਿਫਟਿੰਗ ਲੈ ਕੇ, ਇਹ ਸਾਰੇ ਕੰਮ ਬੜੇ ਇਹਤਿਆਤ ਨਾਲ ਵੇਖਿਆ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਦੇ ਜਿਹੜੇ ਵੀ ਕੰਮ ਹਨ ਉਸ ਨੂੰ ਬੜਾ ਸਹਿਜ ਤਰੀਕੇ ਨਾਲ ਵੇਖਿਆ ਜਾਵੇਗਾ। ਅੰਮ੍ਰਿਤਸਰ ਦੇ ਵਿੱਚ ਜਿਹੜੇ ਇਸ਼ੂ ਵੀ ਚੱਲ ਰਹੇ ਹਨ ਉਸ ਤੇ ਵੀ ਗੌਰ ਕੀਤਾ ਜਾਵੇਗਾ ਅਤੇ ਅੰਮ੍ਰਿਤਸਰ ਦੇ ਡਿਵੈਲਪਮੈਂਟ ਨੂੰ ਲੈ ਕੇ ਵੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਦੇ ਕਿਹੜੇ-ਕਿਹੜੇ ਕੰਮ ਡਿਵੈਲਪਮੈਂਟ ਤੇ ਚੱਲ ਰਹੇ ਹਨ ਉਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਤਾਂ ਜੋ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਮਿਲੇ। ਉਹਨਾਂ ਕਿਹਾ ਕਿ ਸਾਡਾ ਕੰਮ ਸਾਡੇ ਕੋਲੋਂ ਕੋਈ ਵੀ ਕੋਈ ਸ਼ਿਕਾਇਤ ਲੈ ਕੇ ਆਉਂਦਾ ਹੈ ਕਿ ਉਸ ਨੂੰ ਪੂਰਾ ਇਨਸਾਫ਼ ਮਿਲੇ ਤੇ ਉਸ ਦੀ ਪੂਰੀ ਗੱਲ ਸੁਣੀ ਜਾਵੇ। ਕਿਸੇ ਨਾਲ ਨਾ ਇਨਸਾਫ਼ੀ ਨਾ ਹੋਵੇ, ਸਾਡਾ ਮੁੱਖ ਮਕਸਦ ਹੈ ਜਿਹੜੇ ਸਰਕਾਰ ਦੇ ਪ੍ਰੋਜੈਕਟ ਹਨ ਉਹਨਾਂ ਨੂੰ ਲੋਕਾਂ ਵਿੱਚ ਜਾਗਰੂਕ ਕੀਤਾ ਜਾਵੇ। ਜਿਹੜੀਆਂ ਵੀ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਸ ਦੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਹਾਂਜੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਵੀ ਸਾਡੇ ਸੱਦੇ 'ਤੇ ਤੁਸੀਂ ਸਾਰੇ ਇੱਥੇ ਹਾਜ਼ਰ ਹੋਏ ਹੋ। ਅਤੇ ਕੱਲ੍ਹ ਮੈਂ ਸ਼ਾਮ ਨੂੰ ਇੱਥੇ ਅੰਮ੍ਰਿਤਸਰ ਪਹੁੰਚ ਗਿਆ ਸੀਗਾ, ਬਟ ਕੁਛ ਉੱਥੇ ਚੰਡੀਗੜ੍ਹ ਵੀ ਮੀਂਹ ਪੈ ਗਿਆ ਥੋੜ੍ਹਾ, ਮੈਂ ਚੀਫ ਸੈਕਟਰੀ ਸਾਹਿਬ ਨੂੰ ਵੀ ਮਿਲਣਾ ਸੀਗਾ, ਕੁਛ ਮੀਟਿੰਗਸ ਡਿਲੇ ਹੋਣ ਕਰਕੇ ਸਾਡਾ ਥੋੜ੍ਹਾ ਸ਼ੈਡਿਊਲ, ਮੈਂ ਫਿਰ ਅੱਜ ਹੀ ਫੋਰਮਲੀ ਜੁਆਇਨ ਕਰ ਪਾਇਆ। ਸੋ ਕੱਲ੍ਹ ਜੁਆਇਨ ਕਰਨ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ, ਬਲੈਸਿੰਗਸ ਲਿੱਤੀ, ਦੁਰਗਿਆਨਾ ਮੰਦਿਰ ਵੀ ਮੈਂ ਗਿਆ, ਉੱਥੋਂ ਤੋਂ ਵੀ ਬਲੈਸਿੰਗਸ ਲਿੱਤੀਆਂ ਨੇ, ਕਿਉਂਕਿ ਹੋਲੀ ਸਿਟੀ ਦੇ ਵਿੱਚ ਜਿਹੜਾ ਹੈਗਾ ਕੰਮ ਨੂੰ ਮੈਨੂੰ ਲੱਗਦਾ ਵਰਸ਼ਿਪ ਦੀ ਤਰ੍ਹਾਂ ਦੇਖਿਆ ਜਾਂਦਾ। ਸੋ ਮੈਂ ਬੜਾ ਹੀ ਆਪਣੇ ਆਪ ਨੂੰ ਭਾਗਯਸ਼ਾਲੀ ਸੌਭਾਗਯਵਾਨ ਸਮਝਦਾ ਵੀ ਗੁਰੂ ਦੀ ਨਗਰੀ ਨੂੰ ਦੀ ਸੇਵਾ ਕਰਨ ਲਈ ਮੈਨੂੰ ਮੌਕਾ ਮਿਲਿਆ। ਸੋ ਬਰੀਫਲੀ ਮੈਂ ਆਪਣਾ ਥੋੜ੍ਹਾ ਜਿਹਾ ਬੈਕਗਰਾਊਂਡ ਤੁਹਾਨੂੰ ਦੱਸਣਾ ਚਾਹਾਂਗਾ। ਮੈਂ ਬਿਲੋਂਗ ਕਰਦਾ ਗੰਗਾਨਗਰ ਡਿਸਟ੍ਰਿਕਟ ਰਾਜਸਥਾਨ ਨੂੰ, ਐਂਡ ਆਈ ਐਮ ਮੈਰਿਡ ਇਨ ਪੰਜਾਬ। ਮਾਈ ਵਾਈਫ ਸ਼ੀ ਇਜ਼ ਜੁਆਇੰਟ ਕਮਿਸ਼ਨਰ ਇਨਕਮ ਟੈਕਸ, ਸ਼ੀ ਇਜ਼ ਆਫ 2011 ਬੈਚ ਅਤੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਨੇ, ਤਾਂ ਮੇਰੇ ਸਹੁਰੇ ਹੁਸ਼ਿਆਰਪੁਰ ਨੇ। ਸੋ ਪੰਜਾਬ ਇਜ਼ ਕਾਇੰਡ ਆਫ ਅ ਹੋਮ ਕਾਡਰ ਫੋਰ ਮੀ। ਸਕੂਲਿੰਗ ਮੇਰੀ ਸਾਰੀ ਗੰਗਾਨਗਰ ਤੋਂ ਹੀ ਹੋਈ ਹੈ, ਉਸ ਤੋਂ ਬਾਅਦ ਮੇਰੀ ਗ੍ਰੈਜੂਏਸ਼ਨ ਕਿਰੋੜੀਮਲ ਕਾਲਜ ਡੈਲੀ ਤੋਂ, ਮੈਂ ਜੋਗ੍ਰਾਫੀ ਓਨਰਸ 'ਚੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ। ਉਸ ਤੋਂ ਬਾਅਦ ਮੈਂ MBA ਕੀਤੀ ਆਪਣੀ ਨਰਸੀ ਮੋਹਨਜੀ ਇੰਸਟੀਟਿਊਟ ਆਫ ਮੈਨੇਜਮੈਂਟ ਸਟੱਡੀਜ਼ ਮੁੰਬਈ ਤੋਂ। ਫਿਰ ਮੈਂ ਪ੍ਰਾਈਵੇਟ ਸੈਕਟਰ ਨਾਲ ਕੰਮ ਕੀਤਾ, 3 ਸਾਲ ਮੈਂ ਜੋਬ ਕਰ ਰਿਹਾ ਸੀਗਾ ਕੋਟਕ ਮਹਿੰਦਰਾ ਗਰੁੱਪ ਦੇ ਨਾਲ ਐਟ ਦੇਅਰ ਕਾਰਪੋਰੇਟ ਹੈੱਡਕੁਆਰਟਰ ਇਨ ਮੁੰਬਈ, ਐਂਡ 2 ਸਾਲ ਮੈਂ ਦਿੱਲੀ ਦੇ ਵਿੱਚ ਕੋਟਕ ਮਹਿੰਦਰਾ ਗਰੁੱਪ ਨਾਲ ਹੀ ਕੰਮ ਜੋਬ ਕੀਤੀ। ਫਿਰ ਦੈਨ ਇਨ 2009 ਆਈ ਜੁਆਇੰਡ ਇਨ ਦੀ ਇੰਡੀਅਨ ਰੈਵਨਿਊ ਸਰਵਿਸ। ਪਹਿਲਾਂ ਮੇਰਾ ਸਿਲੈਕਸ਼ਨ IRS 'ਚ ਹੋਇਆ, ਐਂਡ ਸਬਸੀਕੁਐਂਟਲੀ 2010 ਬੈਚ ਮੈਨੂੰ IAS ਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ, ਐਂਡ ਆਈ ਗੋਟ ਐਲੋਕੇਟਡ ਟੂ ਪੰਜਾਬ ਕਾਡਰ। ਸਟਾਰਟਿੰਗ ਮੇਰੀ SDM ਤੋਂ ਲੈ ਕੇ ਮਿਊਨਸੀਪਲ ਕਮਿਸ਼ਨਰ ਲੁਧਿਆਣਾ ਤੱਕ ਮੈਂ ਲੁਧਿਆਣਾ ਡਿਸਟ੍ਰਿਕਟ 'ਚ ਹੀ ਪੋਸਟਡ ਰਿਹਾ। ਉੱਥੇ ਹੀ SDM ਸਮਰਾਲਾ, SDM ਪਾਇਲ, ਦੈਨ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਫਿਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਮੈਂ ਉੱਥੇ ਸਰਵ ਕੀਤਾ। ਉਸ ਤੋਂ ਬਾਅਦ ਐਜ਼ ਫਸਟ ਡਿਸਟ੍ਰਿਕਟ ਮੈਂ DC ਬਠਿੰਡਾ ਪੋਸਟਡ ਰਿਹਾ। ਬਠਿੰਡੇ ਤੋਂ ਬਾਅਦ ਆਈ ਬਿਕੇਮ DC ਐਟ ਬਰਨਾਲਾ, ਦੈਨ ਆਈ ਬਿਕੇਮ DC ਐਟ ਸੰਗਰੂਰ, ਦੈਨ DC ਐਟ ਜਲੰਧਰ।
ਸੋ ਇਹ ਚਾਰ ਡਿਸਟ੍ਰਿਕਟ 'ਚ ਮੈਨੂੰ ਬਤੌਰ ਡੀ ਸੀ ਸੇਵਾ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਲਾਸਟ ਈਅਰ ਮੇਰੀ ਜੁਲਾਈ ਦੇ ਵਿੱਚ ਪੋਸਟਿੰਗ ਹੋ ਗਈ ਬਤੌਰ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈਜ਼, ਮੇਰੀ ਚੰਡੀਗੜ੍ਹ ਪੋਸਟਿੰਗ ਹੋ ਗਈ। ਸੋ ਵੀ ਆਰ ਆਲ ਸੈਟਲਡ ਦੇਅਰ ਐਂਡ ਹੁਣ ਜਿਹੜਾ ਹੈਗਾ ਮੈਨੂੰ ਗੁਰੂ ਦੀ ਨਗਰੀ ਦਾ ਸੇਵਾ ਕਰਨ ਦਾ ਮੌਕਾ ਮਿਲਿਆ। ਆਈ ਐਮ ਬੈਕ ਇਨ ਦੀ ਫੀਲਡ। ਸੋ ਬੀਇੰਗ ਐਂਡ ਮੈਨੂੰ ਜਿਹੜਾ ਇਹ ਤਜਰਬੇ ਦਾ ਮੌਕਾ ਮਿਲਿਆ, ਇਸ ਕਰਕੇ ਕਾਫੀ ਸਾਰੇ ਆਫਿਸਰਸ ਮੇਰੇ ਨਾਲ ਆਲਰੇਡੀ ਜੋਬ ਕਰ ਚੁੱਕੇ ਨੇ। ਹਰਪ੍ਰੀਤ ਜਿਹੜੇ ਡੀ ਸੀ ਜਨਰਲ ਸੀਗੇ, ਇਹ ਮੇਰਾ ਅੰਡਰ ਟ੍ਰੇਨੀ IAS ਆਫਿਸਰ ਸੀਗਾ ਜਦੋਂ ਮੈਂ ਡੀ ਸੀ ਜਲੰਧਰ ਸੀਗਾ। ਸੋ ਹੀ ਵਾਜ਼ ਮਾਈ ਅੰਡਰ ਟ੍ਰੇਨੀ। ਮਨਕਮਲ ਵੀ ਮੇਰਾ ਬਤੌਰ ਐਸ ਡੀ ਐਮ ਸਰਵ ਕਰ ਚੁੱਕਾ ਹੈ ਮੇਰੇ ਨਾਲ ਇਹ ਬਰਨਾਲੇ। ਅਸੀਂ ਦੋ ਜ਼ਿਲ੍ਹਿਆਂ 'ਚ ਵੀ ਹੈਵ ਸਰਵ ਟੁਗੈਦਰ, ਬਠਿੰਡਾ ਐਂਡ ਬਰਨਾਲਾ। ਸੋ ਵੀ ਹੈਵ ਸਰਵ ਟੁਗੈਦਰ। ਸੋ ਲੋਟ ਆਫ ਦੀ ਆਫਿਸਰਸ ਜਿਹੜੇ ਹੁਣ ਇੱਥੇ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ, ਦੇ ਹੈਵ ਵਰਕਡ ਵਿਦ ਮੀ। ਸੋ ਮੈਨੂੰ ਲੱਗਦਾ ਹੈ ਇਹਨਾਂ ਦੇ ਸਾਰਿਆਂ ਦੀ ਸਪੋਰਟ ਸਦਕਾ ਐਂਡ ਮੀਡੀਆ ਦੇ ਸਹਿਯੋਗ ਸਦਕਾ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਬਾਕੀ ਜਿੱਦਾਂ ਗੌਰਮੈਂਟ ਦੇ ਫਲੈਗਸ਼ਿਪ ਪ੍ਰੋਗਰਾਮ ਰਹਿੰਦੇ ਨੇ, ਸੋ ਇੱਕ ਤਾਂ ਮੈਂ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਲੈ ਕੇ ਜਿਸ ਡਿਸਟ੍ਰਿਕਟ 'ਚ ਵੀ ਪੋਸਟਡ ਰਿਹਾ ਮੈਂ ਬੜਾ ਪਰਸਨਲੀ ਫੋਲੋ